ਗੁੱਡ ਮਾਰਨਿੰਗ ਜੀ, ਕੀ ਹਾਲ ਚਾਲ ਆਪਣੀ ਫੈਮਿਲੀ ਦਾ? ਮੈਂ ਹਾਂ ਤੁਹਾਡਾ ਆਪਣਾ ਗੁਰਨੀਤ ਸਿੰਘ। ਅੱਜ ਰੇਡੀ ਰੂਡੀ ਹੋ ਗਿਆ ਜੀ। ਅੱਜ ਆਪਣੇ ਕੋਲ ਇੱਕ ਡਰੋਪਿੰਗ ਹੈਗੀ ਹੈ ਜੀ, ਦੋਰਾਹਾ ਤੋਂ ਅੱਗੇ ਦੀ ਆਲਮਗੀਰ ਹੈਗੀ ਹੈ। ਅਤੇ ਚਲਦੇ ਚਲਦੇ ਆਪਾਂ ਪਹੁੰਚ ਗਏ ਜੀ ਖਾਲਸਾ ਕੁਲਚਾ ਰਾਜਪੁਰਾ ਦੇ ਵਿੱਚ। ਇਹ ਤਾਂ ਬੜੇ ਫੇਮਸ ਹੈਗਾ ਜੀ ਬੰਦਾ, ਇਹ ਮਜ਼ਾ ਹੀ ਆ ਜਾਂਦਾ ਇਹਦੇ ਕੁਲਚੇ ਖਾ ਕੇ। ਅਤੇ ਨਾਲ ਹੀ ਮੌਸਮ ਹੋਇਆ ਪਿਆ ਇਕਦਮ ਚਕਮਾ ਜਿਹਾ, ਕਿਉਂਕਿ ਬਰਸਾਤ ਦਾ ਸੀਨ ਹੋ ਰਿਹਾ ਕਿ ਸ਼ਾਇਦ ਬਰਸਾਤ ਪੈ ਜੇ। ਕਿਹਾ ਜੀ, ਤਾਂ ਬਰਸਾਤ ਆ ਗਈ ਹੈ, ਬੜੀ ਜ਼ਬਰਦਸਤ ਆਈ ਹੈ। ਹਾਂ, ਹੁਣ ਆਈ ਜ਼ਬਰਦਸਤ, ਇੱਕਦਮ ਫੜੂ, ਮਤਲਬ ਨਾ ਜ਼ਬਰਦਸਤ ਜਿਹਨੂੰ ਕਹਿੰਦੇ ਹੈਗੇ ਨਾ, ਉਹ ਚੱਲਣ ਦਈ ਆ ਬਾਰਿਸ਼ 'ਤੇ। ਅਤੇ ਨਾਲ ਹੀ ਆਪਾਂ ਜੀ ਹੁਣ ਚਲਦੇ ਚਲਦੇ ਪਹੁੰਚ ਗਏ ਜੀ ਦਰਾਹੀ ਵਾਲੇ ਪੁੱਲ 'ਤੇ। ਸੱਜੇ ਸਾਈਡ ਆਪਣੇ ਦਰਾਹੀ ਵਾਲੀ ਨਹਿਰ ਹੈ, ਨਾਲ ਸਵਾਰੀ ਨੂੰ ਛੱਡ ਕੇ ਆਪਾਂ ਪਹੁੰਚ ਗਏ ਜੀ। ਇੱਕ ਮੇਲਾ ਜਿਹਾ ਲੱਗਿਆ, ਐਸ਼ ਵਾਸਤੇ ਕੁਝ ਨਾ ਕੁਝ ਲੈ ਲੈਂਦੀ ਹੈਗੀਆਂ ਜੀ, ਉਹ ਵਾਰ ਵਾਰ ਕਹਿੰਦੀ ਹੈ। ਆਹ ਲੈ ਲਿਆ ਜੀ ਇੱਕ ਉਹਦੇ ਵਾਸਤੇ ਕੀ ਰਿੰਗ, ਅਤੇ ਇੱਕ ਵੋਚ, ਵੋਚ ਦੀ ਤਾਂ ਬੜੀ ਉਹ ਹੈਗੀ ਹੈ ਫੈਨ। ਅਤੇ ਨਾਲ ਆਪਾਂ ਛੋਟੇ ਵਾਲੇ ਦੇ ਕਾਲਜ ਵੀ ਆ ਗਏ, ਚੱਲ ਵੀ ਰਾਹ 'ਚ ਹੀ ਪੈਂਦਾ ਹੈਗਾ ਸੀ, ਉਹਨੂੰ ਵੀ ਮਿਲਦੇ ਚੱਲੀਏ। ਆਹ ਜਾਣਦੇ ਆ ਉਹਨੂੰ, ਪਤੰਦਰ ਨੂੰ ਗੱਡੀ ਨਹੀਂ ਦਿਖੀ, ਭੁਲੇਖੇ 'ਚ ਅੱਗੇ ਹੀ ਤੁਰ ਪਿਆ, ਉਰਾਂ ਦੇਖਦਾ ਹੀ ਨਹੀਂ ਪਿਆ ਹੈਗਾ ਹੀ। ਹਾਂ, ਦੇਖ ਲਿਆ, ਦੇਖ ਲਿਆ, ਆ ਜਾ ਆ ਜਾ। ਅਤੇ ਉਸ ਤੋਂ ਬਾਅਦ ਆਪਾਂ ਪਹੁੰਚ ਗਏ ਜੀ ਆਪਣੇ ਕਜ਼ਨ ਦੀ ਸ਼ੋਪ ਵੀ ਹੈਗੀ ਆ, ਆ ਰਿਹਾ ਉਹਦਾ ਕਲੀਨਿਕ। ਉਹਦੇ ਕੋਲ ਕੁਝ ਮੈਡੀਸਿਨ ਲੈਣੀਆਂ ਸੀ ਰਾਜਪੁਰੇ ਤੋਂ। ਅਤੇ ਉਸ ਤੋਂ ਬਾਅਦ ਆਪਾਂ ਰਾਜਪੁਰੇ ਟ੍ਰੈਫਿਕ 'ਚ ਫਸ ਗਏ ਵਾਪਸ ਜਾਣ ਵਾਸਤੇ। ਚਲੋ, ਇਸ ਵਲੋਗ ਨੂੰ ਇੱਥੇ ਹੀ ਐਂਡ ਕਰਦੇ ਹਾਂ, ਅਤੇ ਮਿਲਦੇ ਹਾਂ ਅਗਲੇ ਵਲੋਗ ਦੇ ਵਿੱਚ ਜੀ। ਬਾਏ ਜੀ ਸਾਰਿਆਂ ਨੂੰ, ਬਾਏ ਜੀ, ਬਾਏ।